ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਅਬੀ 0x0 ਵਲੋਗਸ। ਤੁਸੀਂ ਅੱਜ ਦੇਖ ਸਕਦੇ ਹੋ ਆਪਾਂ ਇੱਕ ਟੋਟਲੀ ਡਿਫਰੈਂਟ ਗੱਡੀ 'ਚ ਬੈਠੇ ਹਾਂ, ਜਿਹਦਾ ਨਾਮ ਹੈ ਬ੍ਰੇਜ਼ਾ 2022 ਮਾਡਲ। ਐਜ਼ ਕੰਪੇਅਰ ਟੂ ਓਲਡ ਵੀਡੀਓਜ਼, ਆਪਾਂ ਪੁਰਾਣੀ ਆਪਣੀਆਂ ਵੀਡੀਓਜ਼ ਬਣਾਉਂਦੇ ਹਾਂ, ਕਿਤੇ ਜਾਂਦੇ ਹਾਂ ਜਾਂ ਆਪਾਂ ਇੰਜੋਏ ਕਰਦੇ ਹਾਂ ਉਦੋਂ। ਬਟ ਅੱਜ ਇੱਕ ਟੋਟਲੀ ਇਨਫੋਰਮੇਟਿਵ ਵੀਡੀਓ ਬਣਨ ਵਾਲੀ ਆ, ਕਿਉਂਕਿ ਨਿਊ ਗੱਡੀ ਆਈ ਆ, ਨਿਊ ਨਿਊ ਫੀਚਰਸ ਨੇ, ਘਰ ਵਿੱਚ ਨਵੀਂ ਗੱਡੀ ਆਈ ਆ। ਸੋ ਆਪਾਂ ਤੁਹਾਨੂੰ ਇਹਦੇ ਫੀਚਰਸ ਬਾਰੇ ਦੱਸਣਾ ਆ। ਅਤੇ ਜੇ ਆਪਾਂ ਗੱਲ ਕਰੀਏ ਇਹਦੇ ਪੂਰੇ ਇੰਟੀਰੀਅਰ ਦੀ, ਟੋਟਲੀ ਚੇਂਜ ਆ। ਅਤੇ ਐਕਸਟੀਰੀਅਰ ਵੀ ਟੋਟਲੀ ਚੇਂਜ ਆ। ਸਭ ਤੋਂ ਵਧੀਆ ਗੱਲ ਲੱਗੀ ਮੈਨੂੰ ਇਹਨਾਂ ਦੀ ਕਿ ਤੁਸੀਂ ਦੇਖ ਸਕਦੇ ਹੋ ਬ੍ਰੇਜ਼ਾ ਦਾ ਡੈਸ਼ਬੋਰਡ, ਜੋ ਕਿ ਮੈਨੂੰ ਤਾਂ ਬਹੁਤ ਸੋਹਣਾ ਲੱਗਾ। ਅਤੇ ਜਿਹੜੀ ਚੀਜ਼ ਸਭ ਤੋਂ ਸੋਹਣੀ ਲੱਗੀ ਆ ਉਹ ਹੈਗਾ ਇਹਦਾ ਸਟੇਅਰਿੰਗ। ਲਾਈਕ ਇਹਨਾਂ ਨੇ ਥੱਲੋਂ ਫਲੈਟ ਲੁੱਕ ਦਿੱਤੀ ਆ, ਜੋ ਇੱਕ ਸਪੋਰਟੀ ਲੁੱਕ ਦਿੰਦੀ ਵੀ ਆ। ਮੋਰ ਓਵਰ ਜੇ ਆਪਾਂ ਇਹਦੀ ਫੰਕਸ਼ਨ ਦੀ ਗੱਲ ਕਰੀਏ ਸਟੇਅਰਿੰਗ 'ਤੇ, ਸਾਨੂੰ ਡਾਣੇ ਫੋਰਵਰਡ ਬੈਕਵਰਡ ਮੋਡ ਚੇਂਜ ਕਰ ਸਕਦੇ ਹਾਂ, ਬਲੂਟੁੱਥ ਵਗੈਰਾ। ਮੋਰ ਓਵਰ ਇੱਥੇ ਆਪਾਂ ਮਿਊਟ ਵੀ ਕਰਦੀ ਹੈ, ਸਾਨੂੰ ਆਪਸ਼ਨ ਦਿੱਤੀ ਹੈ ਇਹਨਾਂ ਨੇ। ਅਤੇ ਟੋਲ ਪੇ ਟੋਲ ਕੈਂਸਲ ਐਂਡ ਸਿਰੀ ਜਿਹਨੂੰ ਕਹਿ ਲਈ ਦਾ। ਜਿਹੜੀ ਸਭ ਤੋਂ ਵਧੀਆ ਗੱਲ ਆ, ਜਿਹੜੀ ਪੁਰਾਣੀ ਬ੍ਰੇਜ਼ਾ 'ਚ ਨਹੀਂ ਸੀ, ਉਹ ਚੀਜ਼ ਹੈਗੀ ਆ ਇਹਦਾ ਕਰੂਜ਼ ਕੰਟਰੋਲ। ਲਾਈਕ ਬਹੁਤ ਸੋਹਣਾ ਇੰਟੀਰੀਅਰ ਆ। ਅਤੇ ਇੱਕ ਵਾਰੀ ਤੁਹਾਨੂੰ ਸਾਰਾ ਇਹਦਾ ਡਿਸਪਲੇ ਦਿਖਾਉਂਦੇ ਹਾਂ ਦੁਬਾਰਾ ਆਉਣ ਕਰਕੇ। ਲਾਈਟ ਬਹੁਤ ਸੋਹਣੀਆਂ ਲਾਈਟਾਂ ਚੱਲਦੀਆਂ ਆ, ਕਾਫੀ ਸੋਹਣਾ ਲੱਗਦਾ ਆ। ਅਤੇ ਪੁਸ਼ ਟੂ ਸਟਾਰਟ ਆਪਣਾ ਹੈਗਾ ਮਾਡਲ ਇਹ। ਅਤੇ ਸੋ ਗਾਈਸ, ਇਹ ਤਾਂ ਗੱਲ ਆਪਾਂ ਕਰ ਰਹੇ ਸੀ ਆਪਣੇ ਸਟੇਅਰਿੰਗ ਦੀ, ਪਰ ਜਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਮੈਨੂੰ ਇੰਪ੍ਰੈਸ ਕੀਤਾ ਆ ਉਹ ਹੈਗੇ ਨੇ ਇਹਦੇ ਏਸੀ ਦੇ ਵੈਂਟਸ। ਲਾਈਟ ਬੜੇ ਸੋਹਣੇ ਲੁੱਟ ਦਿੱਤੀ ਹੈ ਇਹਨਾਂ ਨੇ, ਜਿਹੜੀ ਬਹੁਤ ਇੰਪ੍ਰੈਸ ਕਰਦੀ ਹੈ ਇੱਕ ਬੰਦੇ ਨੂੰ। ਏਸੀ ਦੇ ਔਨ ਔਫ ਆਟੋ ਇਹ ਚਲੋ ਸਾਰਿਆਂ 'ਚ ਹੁੰਦੇ, ਬਟ ਇਹ ਬਟਨ ਨੇ ਬਹੁਤ ਵਧੀਆ ਚੀਜ਼ ਲੱਗੀ ਆ। ਦੂਸਰੀ ਗੱਲ ਇਹ ਆ ਕਿ ਜਦੋਂ ਆਪਾਂ ਵਹਿੰਦੇ ਹਾਂ ਇਹਦੇ 'ਚ ਸਕਰੀਨ ਦੇ ਦਿੱਤੀ ਗਈ ਆ, ਕਿਉਂਕਿ ਪੁਰਾਣੀਆਂ ਬ੍ਰੇਜ਼ਾਂ 'ਚ ਸਕਰੀਨ ਦਾ ਨਹੀਂ ਸੀ, ਜੋ ਕਿ ਸਾਨੂੰ ਕਾਰ ਪਲੇ ਦੀ ਵੀ ਆਪਸ਼ਨ ਦਿੰਦੀ ਆ, ਬਲੂਟੁੱਥ ਦੀ ਵੀ ਦਿੰਦੀ ਆ, ਇੱਕ ਵਧੀਆ ਚੀਜ਼ ਆ। ਅਤੇ ਇੱਕ ਇਹਦੇ ਬਰਾਊਨ ਕਲਰ ਨੇ ਜੋ ਕਿ ਫਾਈਬਰ ਆ, ਇਹ ਬਹੁਤ ਸੋਹਣੀ ਚੀਜ਼ ਲੱਗੀ ਹੈ, ਇੱਕ ਡਿਫਰੈਂਟ ਲੁੱਟ ਦੇ ਰਹੀ ਆ। ਮੋਰ ਓਵਰ ਸਿੰਪਲ ਡੋਰਸ ਨੇ, ਲਾਈਟ ਸਪੀਕਰ ਥੱਲੇ ਆ, ਇੱਥੇ ਟਵੀਟਰਸ ਨੇ ਅਤੇ ਸਿੰਪਲ ਕੰਟਰੋਲ। ਜੇ ਆਪਾਂ ਗੱਲ ਕਰੀਏ ਪਾਇਲਟ ਸਾਈਡ ਦੀ, ਪਾਇਲਟ ਸਾਈਡ 'ਤੇ ਆਪਾਂ ਦੇਖ ਸਕਦੇ ਲੋਟ ਅਨਲੋਟ ਚਾਈਲਡ ਲੋਟ, ਆਪਣੇ ਸਾਈਡ ਮਿਰਰਸ ਆਪਾਂ ਕੰਟਰੋਲ ਕਰ ਸਕਦੇ ਹਾਂ ਬੰਦ ਕਰਨ ਦੀ ਆਪਸ਼ਨ। ਬਾਕੀ ਇਹ ਸਾਰੇ ਹੁੰਦੇ ਨੇ। ਮੋਰ ਓਵਰ ਇੱਥੇ ਤੁਸੀਂ ਦੇਖ ਸਕਦੇ ਕੁਝ ਬਟਨ ਦਿੱਤੇ ਆ, ਇੱਥੇ ਆਪਾਂ ਐਡ ਔਨ ਕਰ ਸਕਦੇ ਹਾਂ ਲਾਈਟਸ ਦੇ ਨੇ। ਇੱਥੇ ਸਾਨੂੰ ਪੁਸ਼ ਟੂ ਸਟਾਰਟ ਦੀ ਆਪਸ਼ਨ ਮਿਲਦੀ ਹੈ, ਅਤੇ ਇਹ ਮਾਡਲ ਹੈ ZXI। ਅਤੇ ਜਿਹੜੀ ਚੀਜ਼ ਸਭ ਤੋਂ ਵਧੀਆ, ਜਿਹੜੀ ਸੁਜ਼ੂਕੀ ਦੀ ਇਹ ਫਸਟ ਕਾਰ ਹੈ ਜਿਹਦੇ ਵਿੱਚ ਇਹ ਚੀਜ਼ ਵੇਖਣ ਨੂੰ ਮਿਲਦੀ ਹੈ, ਉਹ ਤੁਸੀਂ ਦੇਖ ਸਕਦੇ ਹੋ। ਇੱਥੇ ਸਾਨੂੰ ਸਨਰੂਫ ਦੀ ਆਪਸ਼ਨ ਦਿੱਤੀ ਆ, ਬਹੁਤ ਵਧੀਆ ਸਨਰੂਫ ਦਿੱਤੀ ਇਹਨਾਂ ਨੇ। ਸਾਈਜ਼ ਵੀ ਵਧੀਆ, ਜਿੱਦਾਂ ਛੋਟੇ ਬੱਚਿਆਂ ਨੂੰ ਚਾਅ ਹੁੰਦਾ ਆ ਕਿ ਇਹ ਸਨਰੂਫ 'ਚ ਬਾਹਰ ਨਿਕਲਣ ਦਾ, ਤਾਂ ਉਹ ਨਿਕਲ ਸਕਦੇ ਨੇ। ਇੱਕ ਬੜੀ ਇੰਪ੍ਰੈਸਿਵ ਲੁੱਟ ਦਿੱਤੀ ਆ ਜ਼ਿਆਦਾਤਰ ਲੁੱਟਾਂ ਨੇ ਇਹ ਚੀਜ਼ ਲਈ। ਮੋਰ ਓਵਰ ਇੱਥੇ ਸਿੰਪਲ ਨੇ, ਅਤੇ ਇਹ ਸਾਈਡ ਸਾਨੂੰ ਇੱਕ ਮਿਰਰ ਅਤੇ ਉੱਤੇ ਲਾਈਟਸ ਵੇਖਣ ਨੂੰ ਮਿਲਦੀ ਆ। ਸੀਟਸ ਆਲਮੋਸਟ ਕੰਫਰਟੇਬਲ ਨੇ, ਅਪ ਡਾਊਨ ਦੀ ਆਪਸ਼ਨ ਆ, ਬੈਕ ਐਂਡ ਫਰੰਟ ਕਰ ਸਕਦੇ ਹਾਂ। ਸੋ ਗਾਈਸ, ਸਨਰੂਫ ਤੋਂ ਬਾਅਦ ਆਪਾਂ ਬੈਡ ਦੀ ਗੱਲ ਕਰੀਏ, ਅਤੇ ਬੈਡ 'ਚ ਸਾਨੂੰ ਏਸੀ ਵੈਂਟ ਦਿੰਦੇ ਆ ਵੀ ਇੱਥੇ। ਅਤੇ ਜਿਹੜੀ ਟੋਟਲ ਸਪੇਸ ਆ, ਸਪੇਸ ਵੀ ਵਧੀਆ ਦਿੱਤੀ ਹੈ ਇਹਨਾਂ ਨੇ ਬੈਡ ਸਾਈਡ 'ਤੇ। ਅਤੇ ਐਜ਼ ਕੰਪੇਅਰ ਟੂ ਪੁਰਾਣੀ ਬ੍ਰੇਜ਼ਾ, ਇਹਨਾਂ ਨੇ ਬ੍ਰੇਜ਼ਾ ਥੋੜ੍ਹੀ ਲੰਬੀ ਕੀਤੀ, SUV ਟਾਈਪ ਕੀਤੀ ਆ। ਹੁਣ ਆਪਾਂ ਤੁਹਾਨੂੰ ਇਹਦੀ ਐਕਸਟੀਰੀਅਰ ਬਿਠਾਉਂਦੇ ਹਾਂ। ਸੋ ਗਾਈਸ, ਇਹ ਇੱਦਾਂ ਦੀ ਹੈਗੀ ਆਪਣੀ ਬ੍ਰੇਜ਼ਾ ਆਊਟ ਸਾਈਡ ਤੋਂ, ਅਤੇ ਇਹਦੇ ਨਾਲ ਇਸ ਟਾਈਪ ਦੀ ਟੀ ਆ ਰਹੀ ਹੈ ਕਈ, ਜਿਹਦੇ ਵਿੱਚ ਸਾਨੂੰ ਡੋਰ ਲੋਟ ਅਨਲੋਟਿੰਗ ਦੀ ਆਪਸ਼ਨ ਮਿਲਦੀ ਆ। ਬੈਕ ਸਾਈਡ ਦੀ ਗੱਲ ਕਰੀਏ ਤਾਂ ਬੈਕ ਸਾਈਡ 'ਤੇ ਇਹਨਾਂ ਨੇ ਬ੍ਰੇਜ਼ਾ ਦੀ ਇੱਕ ਬ੍ਰੈਂਡਿੰਗ ਦਿੱਤੀ ਆ। ਥੱਲੋਂ ਬ੍ਰੇਜ਼ਾ ਵਧੀਆ ਜੀਤੀ ਆ ਯਾਰ, ਐਜ਼ ਕੰਪੇਅਰ ਟੂ ਓਲਡ। ਲਾਈਟਸ ਬਹੁਤ ਸੋਹਣੀਆਂ ਇਹਦੀ, ਪਿੱਛੇ ਵਾਈਪਰ ਵੀ ਦੇ ਦਿੱਤਾ ਆ। ਅਤੇ ਜੇ ਸਾਈਡ 'ਤੇ ਗੱਲ ਕਰੀਏ ਬਟਨ ਵਾਲਾ, ਜਿੱਦਾਂ ਤੁਸੀਂ ਜਾਣਦੇ ਲਾਗੇ ਹੋਵੇ ਤਾਂ ਲੋਟ ਹੋ ਰਹੀ ਆ। ਮੋਰ ਓਵਰ ਇਹਦੇ ਵਿੱਚ ਸਾਨੂੰ 16 ਇੰਚ ਦੇ ਵੀਲ ਵੇਖਣ ਨੂੰ ਮਿਲਦੇ ਆ, ਜੋ ਕਿ ਇੱਕ ਵਧੀਆ ਸਾਈਜ਼ ਆ, ਕਿਉਂਕਿ SUV ਗੱਡੀ ਆ। ਅਤੇ ਇਹ ਚੀਜ਼ ਸਾਰੀ ਆਪਾਂ ਨੂੰ ਮਿਲਦੀ ਆ ਅਸੈਸਰੀਜ਼ ਦਾ ਪਾਰਟ। ਜੇ ਆਪਾਂ ਫਰੰਟ ਸਾਈਡ ਦੀ ਗੱਲ ਕਰੀਏ, ਫਰੰਟ ਸਾਈਡ 'ਤੇ ਸਾਨੂੰ ਇੱਥੇ ਫੋਰਡ ਲੈਂਪ ਦੀ ਆਪਸ਼ਨ ਮਿਲਦੀ ਆ, ਲਾਈਟਸ ਨੇ, ਵਾਈਟ ਲਾਈਟਸ ਨੇ, ਸਾਈਡ 'ਤੇ DRLs ਨੇ, ਸੁਜ਼ੂਕੀ ਦੀ ਬ੍ਰੈਂਡਿੰਗ ਆ, ਫਰੰਟ ਗ੍ਰਿਲ ਵਧੀਆ ਆ। ਅਤੇ ਦੇਖ ਸਕਦੇ ਤੁਸੀਂ ਇੱਕ ਹੈਵੀ ਲੁੱਟ ਦਿੱਤੀ ਆ ਐਜ਼ ਕੰਪੇਅਰ ਟੂ ਓਲਡ ਬ੍ਰੇਜ਼ਾ। ਸੈਂਸਰਸ ਇਹਨਾਂ ਨੇ ਦਿੱਤੇ ਆ, ਜੋ ਕਿ ਮੈਨੂੰ ਸਭ ਤੋਂ ਵਧੀਆ ਡਰ ਲੱਗੀ ਆ ਕਿ ਪਤਾ ਲੱਗ ਜਾਂਦਾ ਜੀ ਭੀੜ 'ਚ ਇਹ ਸਾਈਡ ਲੁੱਟ। ਜੇ ਆਪਾਂ ਸੈਕਿੰਡ ਰੋਡ ਦੀ ਗੱਲ ਕਰੀਏ, ਇੱਥੇ ਸਾਨੂੰ ਵਧੀਆ ਸਪੇਸ ਦਿੱਤੀ ਜਾ ਰਹੀ ਆ, ਕਾਫੀ ਜਾਣੇ ਚੰਗੀ ਤਰ੍ਹਾਂ ਬਹਿ ਸਕਦੇ ਨੇ ਇੱਥੇ। ਲਾਈਟ ਮੇਰੀ 6 ਫੀਟ ਇੰਚਿਸ ਹਾਈਟ ਆ,
ਤੇ ਮੈਂ ਪਿੱਛੇ ਬੈਠ ਕੇ ਦੇਖਿਆ ਮੈਨੂੰ ਕਾਫੀ ਕੰਫਰਟੇਬਲ ਮਿਲ ਰਿਹਾ ਸਾਨੂੰ ਲੌਂਗ ਟ੍ਰਿਪਸ ਤੇ ਇਹ ਬਹੁਤ ਹੈਲਪਫੁਲ ਕਰਦਾ ਆ ਮੋਰ ਓਵਰ ਬੈਡ ਡੋਰ ਸਾਨੂੰ ਇਦਾਂ ਦੇ ਮਿਲਦੀ ਆ ਲਾਈਟ ਇਹ ਕੱਪੜਾ ਜਿਹਾ ਆ ਬਹੁਤ ਸੋਹਣਾ ਆ ਕਲਰ ਆ ਜੇ ਗਾਈਸ ਆਪਾਂ ਇਹਦੇ ਬੈਡ ਹੁੱਡ ਦੀ ਗੱਲ ਕਰੀਏ ਹੁੱਡ ਤੁਹਾਨੂੰ ਓਪਨ ਕਰਕੇ ਦੱਸਦੇ ਹਾਂ ਕਾਫੀ ਜ਼ਿਆਦਾ ਸਪੇਸ ਹੈ ਲਾਈਕ ਕਾਫੀ ਸਮਾਨ ਵੀ ਪਿਆ ਦੋ ਬੈਡ ਪਏ ਨੇ ਬੱਚਿਆਂ ਦੇ ਐਲ ਸੀ ਡੀ ਕਵਰ ਕਾਫੀ ਵਧੀਆ ਆ ਇਹਦੇ ਵਿੱਚ ਸਾਨੂੰ ਇੱਕ ਵਧੀਆ ਸਪੋਰਟ ਮਿਲਦੀ ਆ ਐਂਡ ਸਭ ਤੋਂ ਵਧੀਆ ਗੱਲ ਇਹਨਾਂ ਨੇ ਸਮਾਰਟ ਹਾਈਬ੍ਰਿਡ ਆ ਮੋਡ ਜਿੱਦਾਂ ਕਿ ਜਿਨ੍ਹਾਂ ਨੂੰ ਨੌਲੇਜ ਹੈ ਸਮਾਰਟ ਹਾਈਬ੍ਰਿਡ ਦੀ ਉਹ ਕਮੈਂਟ ਕਰਕੇ ਬਾਕੀਆਂ ਨੂੰ ਵੀ ਦੱਸ ਸਕਦੇ ਨੇ ਨਾਲੇ ਮੈਨੂੰ ਵੀ ਅਵੇਅਰ ਕਰ ਸਕਦੇ ਨੇ ਸੋ ਗਾਈਸ ਇਹ ਸੀ ਆਪਣੀ ਬੈਜ਼ਾ ਸਾਡੇ ਤੋਂ ਜਿੰਨੇ ਫੀਚਰ ਦੱਸੇ ਆਪਾਂ ਤੁਹਾਨੂੰ ਦੱਸਿਆ ਤੁਸੀਂ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਂਡ ਸਪੋਰਟ ਕਰੋ ਹੋਰ ਵੀਡੀਓਜ਼ ਆਊਗੀ ਘੁੰਮਣ ਫਿਰਨ ਦੀ ਸਾਡੇ ਬਸ ਸਪੋਰਟ ਦੀ ਕਮੀ ਹੈ ਡੂ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਥੈਂਕ ਯੂ ਫੋਰ ਵਾਚਿੰਗ